ਡੇਰਾ ਸੱਚਖੰਡ ਬੱਲਾਂ ਜ਼ਿਲ੍ਹਾ ਜਲੰਧਰ ਪਰਮਾਰਥ ਅਤੇ ਸੱਚੀ ਸੁੱਚੀ ਸਮਾਜ ਸੇਵਾ ਦਾ ਕੇਂਦਰ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸ੍ਰੀ 108 ਸੰਤ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ ਰਜਿਸਟਰਡ ਟਰੱਸਟਾਂ ਦੀ ਮਾਰਫਤ ਲੋਕ ਹਿੱਤ ਵਿੱਚ ਅਨੇਕਾਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡੇਰੇ ਦੇ ਮਹਾਂਪੁਰਸ਼ਾਂ ਦੀ ਚਾਹਤ, ਲਗਨ ਅਤੇ ਅਣਥਕ ਯਤਨਾ ਸਦਕਾ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਵਾਰਾਣਸੀ ਵਿਖੇ ਇੱਕ ਆਲੀਸ਼ਾਨ ਮੰਦਰ ਸਜਾਇਆ ਗਿਆ ਹੈ। ਇਹ ਮਹਾਨ ਕਾਰਜ ਸਤਿਗੁਰੂ ਸਵਾਮੀ ਸਰਵਨਦਾਸ ਜੀ ਦੀ ਪ੍ਰੇਰਣਾ ਸਦਕਾ ਆਰੰਭਿਆ ਗਿਆ। ਉਨ੍ਹਾਂ ਨੇ ਸਤਿਗੁਰੂ ਸਵਾਮੀ ਹਰੀਦਾਸ ਜੀ ਦੇ ਕਰ ਕਮਲਾਂ ਨਾਲ ਇਸ ਧਨੀ ਪੱਥਰ ਰਖਵਾ ਕੇ ਉਸਾਰੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਤਿਗੁਰੂ ਸਵਾਮੀ ਗਰੀਬਦਾਸ ਜੀ ਦੀਆਂ ਲਗਾਈਆਂ। ਅੱਜ ਇਹ ਸਥਾਨ ਸਾਰੀ ਕੌਮ ਲਈ ਤੀਰਥ ਸਥਾਨ ਦਾ ਦਰਜਾ ਹਾਸਲ ਕਰ ਚੁੱਕਿਆ ਹੈ, ਜਿਸ ਦੇ ਦਰਸ਼ਨ ਕਰਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣਾ ਜੀਵਨ ਸਫਲ ਬਣਾਉਂਦੀਆਂ ਹਨ। ਇਸ ਮੰਦਰ ਦਾ ਸਮੁੱਚਾ ਕੰਮਕਾਜ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਚਲਾ ਰਿਹਾ ਹੈ, ਜੋ ਮਹਾਰਾਜ ਜੀ ਦੇ ਜਨਮ ਸਥਾਨ ਦੇ ਦਰਸ਼ਨਾਂ ਹਿੱਤ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤਾਂ ਵਿੱਚ ਵਾਧਾ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਲੰਕਾ ਚੁਰਾਹਾ ਵਾਰਾਣਸੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਗੇਟ ਉਸਾਰਿਆ ਗਿਆ ਹੈ, ਜਿਸ ਦਾ ਉਦਘਾਟਨ 16 ਜੁਲਾਈ 1998 ਨੂੰ ਉਸ ਸਮੇਂ ਦੇ ਭਾਰਤ ਦੇ ਰਾਸ਼ਟਰਪਤੀ ਸ੍ਰੀ KR ਨਾਰਾਇਣਨ ਨੇ ਕੀਤਾ। ਇਸ ਤੋਂ ਇਲਾਵਾ ਇੱਕ ਵੱਡਾ ਲੰਗਰ ਹਾਲ ਅਤੇ ਸੰਗਤਾਂ ਦੀ ਸਹੂਲਤ ਲਈ ਅਟੈਚ ਬਾਥਰੂਮ ਵਾਲੇ ਕਰੀਬ 50 ਕਮਰਿਆਂ ਦਾ ਯਾਤਰੀ ਨਿਵਾਸ ਤਿਆਰ ਕੀਤਾ ਗਿਆ ਹੈ। ਸਮਾਜਿਕ ਸੇਵਾਵਾਂ ਸੰਤ ਸਰਵਣਦਾਸ ਚੈਰੀਟੇਬਲ ਟਰੱਸਟ ਅੱਡਾ ਕਠਾਰ ਦੀ ਦੇਖਰੇਖ ਹੇਠ ਚੱਲ ਰਹੀਆਂ ਹਨ। ਗਰੀਬ ਲੋਕਾਂ ਦੇ ਸਸਤੇ ਇਲਾਜ ਲਈ ਸੰਤ ਸਰਵਣਦਾਸ ਚੈਰੀਟੇਬਲ ਸੰਸਥਾ ਅੱਡਾ ਕਠਾਰ ਹੈ, ਜੋ ਸਰਜਰੀ, ਮੈਡੀਸਿਨ, ਗਾਇਨੇ, ਪੀਡੀਆਟ੍ਰਿਕਸ, ENT, ਔਰਥੋ ਅਤੇ ਡੈਂਟਲ ਵਿਭਾਗਾਂ ਵਿੱਚ ਮਿਆਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਵਿਸ਼ੇਸ਼ ਤੌਰ 'ਤੇ ਅੱਖਾਂ ਦੇ ਇਲਾਜ ਲਈ ਡੇਰਾ ਸੱਚਖੰਡ ਬੱਲਾ ਵਿਖੇ ਇੱਕ ਨਿਹਾਇਤ ਆਧੁਨਿਕ ਸੰਤ ਸਰਵਨਦਾਸ ਚੈਰੀਟੇਬਲ ਆਏ ਸੰਸਥਾ ਬਣਾਈ ਗਈ ਹੈ। ਇਸ ਵਿੱਚ ਅੱਖਾਂ ਦੇ ਮੁਆਇਨੇ ਅਤੇ ਸਰਜਰੀ ਲਈ ਆਧੁਨਿਕ ਮਸ਼ੀਨਾਂ ਜਿਵੇਂ ਕਿ ਯੈਗ ਲੇਸਰ, ਫੈਕੋ ਇਮਲਸੀਫਿਕੇਸ਼ਨ ਮਸ਼ੀਨ ਅਤੇ ਹੋਰ ਅਨੇਕਾਂ ਮਸ਼ੀਨਾਂ ਉਪਲਬਧ ਹਨ। ਸੰਤ ਸਰਵਨਦਾਸ ਮਾਡਲ ਸਕੂਲ ਹਦੀਆਬਾਦ, ਫਗਵਾੜਾ। ਇਹ ਇੰਗਲਿਸ਼ ਮੀਡੀਅਮ ਸਕੂਲ CBSE ਦਿੱਲੀ ਨਾਲ ਐਫੀਲੀਏਟਿਡ ਹੈ। ਇਸ ਵਿੱਚ ਸਮਾਜ ਦੇ ਗਰੀਬ ਬੱਚਿਆਂ ਲਈ ਮਿਆਰੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਕਿ ਉਹ ਵੀ ਸਮਾਜ ਵਿੱਚ ਤਰੱਕੀ ਕਰ ਸਕਣ। ਡੇਰਾ ਸੰਤ ਸਰਵਨਦਾਸ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਅਣਥਕ ਯਤਨ ਵਿੱਚ ਲੱਗਿਆ ਰਹਿੰਦਾ ਹੈ। ਇਸ ਲਈ ਦੇਸ਼ ਅਤੇ ਵਿਦੇਸ਼ਾਂ ਵਿੱਚ ਅਨੇਕ ਉਪਰਾਲੇ ਕੀਤੇ ਜਾਂਦੇ ਹਨ। ਇਹਨਾਂ ਯਤਨਾਂ ਸਦਕਾ ਜਿੱਥੇ ਗੁਰੂ ਜੀ ਦੇ ਸੇਵਕ ਨਾਮ ਨਾਲ ਜੁੜਦੇ ਹਨ, ਉੱਥੇ ਉਹ ਸਮਾਜ ਸੇਵਾ ਲਈ ਵੀ ਪ੍ਰੇਰਣਾ ਹਾਸਲ ਕਰਦੇ ਹਨ।